ਯੂਜ਼ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਜੀ ਦੋਸਤ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਪੈਰਿਸ ਤੋਂ ਵਰਿੰਦਰ ਸਿੰਘ ਜੀ ਦਾ ਇਹ ਲਿਖਦੇ ਹਨ ਡਾਕਟਰ ਅਮਜੀਤ ਸਿੰਘ ਜੀ ਅਤੇ ਪੈਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਸੀ ਪਰ ਅਸੀਂ ਸਿੱਖ ਲੋਕੋਨਾਂ ਦਾ ਜਨਮ ਦਿਨ ਨਵੰਬਰ ਚ ਕਿਉਂ ਮਨਾਉਂਦੇ ਹਾਂ ਕੱਤਕ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਹਾੜਾ ਜਦਕਿ ਹਿੰਦੂਆਂ ਵਿੱਚ ਇਸ ਮਹੀਨੇ ਨੂੰ ਕੱਤਕ ਦੀ ਪੂਰਨਿਮਾ ਨੂੰ ਸਭ ਨਾਲੋਂ ਗੰਦਾ ਮਹੀਨਾ ਮੰਨਿਆ ਜਾਂਦਾ ਹੈ ਮੈਨੂੰ ਇੰਜ ਲੱਗਦਾ ਹੈ ਕਿ ਜਾਣਬੁੱਝ ਕੇ ਗੁਰੂ ਜੀ ਦਾ ਵੀ ਜਨਮ ਦਿਹਾੜਾ ਬਦਲਿਆ ਗਿਆ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ 1429 ਈਸਵੀ ਤੋਂ ਲੈ ਕੇ 1708 ਈਸਵੀ ਤੱਕ 239 ਸਾਲ ਲੱਗ ਗਏ ਸੀ ਸਿੱਖੀ ਨੂੰ ਬਣਨ ਲਈ ਤੇ ਦੁਬਾਰਾ 1708 ਤੋਂ ਲੈ ਕੇ 1947 ਤੱਕ ਫਿਰ 239 ਸਾਲ ਲੱਗ ਗਏ ਸਿੱਖੀ ਨੂੰ ਬਰਬਾਦ ਕਰਨ ਵਿੱਚ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਸੀ ਸਿੱਖੀ ਨੂੰ ਖਤਮ ਕਰਨ ਲਈ ਜੋ ਅੱਜ ਤੱਕ ਵੀ ਚੱਲ ਰਿਹਾ ਹੈ ਮੈਂ ਬਸ ਪੁੱਛਣਾ ਚਾਹੁੰਦਾ ਹਾਂ ਕਿ ਅਸੀਂ ਗੁਰਨਾਨ ਦੇਵ ਜੀ ਦਾ ਪ੍ਰਕਾਸ਼ ਪੁਰਬ 15 April ਨੂੰ ਕਿਉਂ ਨਹੀਂ ਮਨਾਉਂਦੇ ਜੋ ਡੇਟ ਅਸਲੀ ਹੈ ਜੀਰ ਸਾਹਿਬ ਅ ਵੀਰ ਬਲਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਪੈरिस ਫਰਾਂਸ ਤੋਂ ਲਿਖੇ ਜੀ ਉਹਨਾਂ ਦੀ ਬਹੁਤ ਪੁਰਾਣੀ ਹੈ ਇਹ ਲਿਖਤ ਪਰ ਹਮੇਸ਼ਾ ਹੀ ਜਦੋਂ ਲੜੀ ਦੇ ਵਿੱਚ ਲਾਈ ਤੁਸੀਂ ਉਹੀ ਉਹਨੂੰ ਪਿੱਛੇ ਕਰ ਦਿੰਦੇ ਹੋ ਜੀ ਉਹਨਾਂ ਨੇ ਇੱਕ ਬੜਾ ਬੇਸਿਕ ਸਵਾਲ ਪੁੱਛਿਆ ਔਰ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਹੈ ਇਤਿਹਾਸਕ ਤੌਰ ਤੇ ਇਹ ਗੱਲ ਮੈਂ ਸਮਝਦਾ ਹਾਂ ਵੀ ਠੀਕ ਹੈ ਔਰ ਜਦੋਂ ਸਰਪਾਲ ਸਿੰਘ ਪੁਰੇਵਾਲ ਉਹਨਾਂ ਨੇ ਜਿਹੜਾ ਮੂਰ ਨਾਨਕਸ਼ਹੀ ਕੈਲੰਡਰ 2003 ਪੰਥ ਦੀ ਛੋਲੀ ਪਾਇਆ ਇਹ ਵੱਖਰੀ ਗੱਲ ਹੈ ਕਿ 2010 ਚ ਸੋਧਾਂ ਦੇ ਨਾਂ ਥੱਲੇ ਉਹਦਾ ਅੱਧਾ ਹਿੰਦੂਕਰਨ ਕਰ ਦਿੱਤਾ ਗਿਆ ਔਰ ਹੁਣ ਪਿਛਲੇ ਸਾਲ ਜਿਹੜਾ ਇਸ ਦਾ ਪੂਰਾ ਭੋਗ ਪਾ ਦਿੱਤਾ ਗਿਆ ਹੁਣ ਤਾਂ ਇੰਨਾ ਕੁ ਕਨਫਿਊਜ਼ਨ ਹੁੰਦਾ ਹੈ ਤਰੀਕਾ ਦਾ ਕਿਉਂਕਿ ਮੈਂ ਸਿੱਖ ਇਤਿਹਾਸ ਦੀ ਰਿਸਰਚ ਕਰਨ ਲੱਗਿਆ ਹਾਂ ਜਿਹੜਾ ਉਹ ਅਲੱਗ-ਅਲੱਗ ਸੋਰਸਸ ਦੇਖਦਾ ਹਾਂ ਤੇ ਫਿਰ ਮੈਂ ਐਸਸੀਪੀਸੀ ਦਾ ਜਿਹੜਾ ਕੈਲੰਡਰ ਹੈ ਔਰ ਫਿਰ ਉਹਦਾ ਹਿਸਟੋਰੀਕਲ ਇਵੈਂਟਸ ਹੈ ਫਿਰ ਜਿਹੜੇ ਇੱਥੇ ਗੁਰਦੁਆਰਿਆਂ ਨੇ ਕੈਲੰਡਰ ਛਾਪਿਆ ਹੈ ਜਾਂ ਜਿਹੜਾ ਅਖਬਾਰ ਦੇ ਵਿੱਚ ਰੋਜ਼ਾਨਾ ਇਤਿਹਾਸ ਤੇ ਹਵਾਲੇ ਨਾਲ ਹੁੰਦਾ ਹੈ ਕਈ ਵਾਰੀ ਚਾਰਾਂ ਪੰਜਾਂ ਦੀ ਡਿਫਰੈਂਟ ਰੇਟਸ ਹੁੰਦੀਆਂ ਸੋ ਮੈਨੂੰ ਕਈ ਵਾਰੀ ਇਸ ਕਉ ਦਾ ਅਫਸੋਸ ਵੀ ਹੁੰਦਾ ਹੈ ਕਿ ਸਾਡਾ ਸਭ ਤੋਂ ਮਾਡਰਨ ਧਰਮ ਔਰ ਮਾਡਰਨ ਨੇਵੇਕ ਹੈ ਕਿ ਅਸੀਂ ਕਰੰਟ ਹੈ ਪੰਜ 557 ਮਾਡਰਨ ਯੁੱਗ ਹੀ ਸ਼ੁਰੂ ਹੋ ਗਿਆ ਸੀ ਜੀ ਔਰ ਇਹਦੇ باوجود ਅਸੀਂ ਜੇ ਕੋਈ ਸਟ੍ਰੇਟਨ ਆਊਟ ਹੋਇਆ ਸੀ ਉਹਨੂੰ ਵੀ ਅਸੀਂ ਬਿਲਕੁਲ ਦੁਬਾਰਾ ਪੰਬਲਪੂਸੇ ਚ ਪਾ ਕੇ ਹਿੰਦੂਤਵਾ ਦੇ ਖਾਤੇ ਚ ਪੈ ਗਏ ਉਸਾਰ ਪੂਰੇ ਵਾਰਡ ਲੋਕਾਂ ਨੇ ਇਹ ਦੱਸਿਆ ਸੀ ਕਿ ਵੀ ਇਸ ਗੱਲ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਸਹਿਮਤੀ ਦਿੱਤੀ ਸੀ ਕਿ ਉਹਨਾਂ ਨੇ ਕਿਹਾ ਕਿ ਵੀ ਕਿਉਂਕਿ ਇੱਕ ਰਵਾਇਤ ਬਣੀ ਹੈ ਹੁਣ ਕਦ ਤੱਕ ਦੀ ਪੁੰਨਿਆਂ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪਰ ਮਨਾਣ ਦੀ ਜੀ ਇਹਨੂੰ 10 ਸਾਲ ਜਾਂ 15 ਸਾਲ ਹੁਣ ਮੈਨੂੰ ਯਾਦ ਨਹੀਂ ਕਿੰਨਾ ਪੀਰੀਅਡ ਕਿਹਾ ਸੀ ਵੀ ਇਹਨੇ ਕ ਤੱਕ ਇਹਨੂੰ ਰੱਖਾਂਗੇ ਫਿਰ ਅਸੀਂ ਜਿਵੇਂ ਪਹਿਲੀ ਵਿਸਾਖ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਕਉਕੇ ਹਾਲਾਂਕਿ ਇਸ ਤੋਂ ਪਹਿਲਾਂ ਕਰਮ ਸਿੰਘ ਹਿਸਟੋਰੀਅਨ ਨੇ ਕੱਤਕ ਦੇ ਵਿਸਾਖਨਾ ਦੇ ਕਿਤਾਬਚੇ ਨਾਲ ਇਹ ਡਿਬੇਟ ਸ਼ੁਰੂ ਕੀਤੀ ਸੀ ਸਿੱਖ ਉਹਨਾਂ ਦੇ ਮਗਰ ਪੈ ਗਏ ਸੀ ਸੋ ਜ਼ਾਹਰ ਹੈ ਹਾਲਾਂਕਿ ਇਸ ਤੋਂ ਉਹਨਾਂ ਨੇ ਪੁੱਛਿਆ ਵੀ ਕਦੋਂ ਤੋਂ ਸ਼ੁਰੂ ਹੋਇਆ ਮੈਂ ਸਮਝਦਾ ਐ ਵੀ ਵਿਸਾਖ ਪਹਿਲੀ ਨੂੰ ਮਨਾਣਾ ਜਿਹੜਾ ਔਰ ਇਕੱਠ ਇਹ ਇਸ ਲਈ ਗੁਰੂ ਅਮਰਦਾਸ ਜੀ ਦੇ ਸਮੇਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਭਾਈ ਪਾਰੋ ਆਪਣੇ ਗੁਰਸਿੱਖ ਨੂੰ ਸੱਦਿਆ ਕਿ ਕਿ ਜੀ ਕੱਠ ਸੱਦਿਆ ਜਾਏ ਸੋ ਇਹ ਜਿਹੜਾ ਪਹਿਲੀ ਵਿਸਾਖ ਤੇ ਕਾਠ ਗੁਰੂ ਅਮਰਦਾਸ ਜੀ ਨੇ ਜਿਸ ਦੀ ਵੱਡੇ ਪੈਮਾਨੇ ਤੇ ਸ਼ੁਰੂਆਤ ਕੀਤੀ ਚਾਰਜ ਫੇਰਿਓ ਸਿੱਖ ਸੰਗਤਾਂ ਨੂੰ ਇਨਵਾਈਟ ਕਰਨ ਦਾ ਇਹੀ ਕੰਟੀਨਿਊ ਨੂ ਰਿਹਾ ਔਰ ਇਸੇ ਕਰਕੇ ਜਿਹੜਾ 1699 ਈਸਵੀ ਦੀ ਵਿਸਾਖੀ ਨੂੰ ਜਿਹੜਾ ਅਨੰਦਪੁਰ ਸਾਹਿਬ ਜੇ ਕਾਠ ਹੋਇਆ ਉਹਦੇ ਚ ਖਾਲਸੇ ਦੀ ਸਿਰਜਣਾ ਹੋਈ ਕਿਉਂਕਿ ਇਸ ਦਾ ਸਬੰਧ ਪਹਿਲੀ ਵਿਸਾਖ ਦਾ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਹੀ ਸੀ ਗੁਰੂ ਸਾਹਿਬਾਨ ਦੇ ਵੇਲੇ ਜੀ ਫਿਰ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜੇ ਭਾਈ ਸੰਤ ਸਿੰਘ ਗਰੰਤੀ ਜਾਂ ਰਾਗੀ ਸਨ ਕੀਰਤਨੀਏ ਹਰਮੰਦਰ ਸਾਹਿਬ ਦੇ ਉਹਨਾਂ ਨੇ ਦੇਖਿਆ ਕਿ ਵੀ ਇਹ ਜਦੋਂ ਕਤਕ ਦੀ ਪੁੰਨਿਆ ਆਉਂਦੀ ਹੈ ਉੱਥੇ ਨੇੜੇ ਰਾਮ ਤੀਰਥ 'ਤੇ ਬਹੁਤ ਸਾਰੇ ਜਿਹੜੇ ਸਿੱਖ ਨੇ ਉਹ ਵੀ ਉਧਰ ਤੁਰੇ ਹੁੰਦੇ ਨੇ ਅਜੇ ਤੱਕ ਹਿੰਦੂਤਵਾ ਦਾ ਪ੍ਰਭਾਵ ਚੱਲ ਰਿਹਾ ਸੀ ਸੋ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਕੇ 71 ਦੀ ਪੁੰਨਿਆਂ ਨੂੰ ਨਨਕਾਣਾ ਸਾਹਿਬ ਦਾ ਮੇਲਾ ਆ ਜਾ ਵੀ ਉਧਰ ਕਹੋ ਤੇ ਨਨਕਾਣੇ ਦਾ ਮੇਲਾ ਹੀ ਕਹਿੰਦੇ ਨੇ ਜੀ ਇਹਦੀ ਸ਼ੁਰੂਆਤ ਕੀਤੀ ਤਾਂ ਕਿ ਉਧਰ ਫੋਕਸ ਹੋਏ ਸੋ ਜ਼ਾਹਰ ਹੈ ਇਹ పార్ਟ ਟੂ ਦਾ ਜਿਹੜਾ ਇੱਕ ਪਾਸੇ ਤਾਂ ਇਹ ਦਾ ਰੀਜ਼ਨ ਹੋਏਗਾ ਦੂਸਰਾ ਮੈਂ ਸਮਝਦਾ ਹਾਂ ਵੀ ਜਿਹੜੀ ਅਵੇਲੇਬਿਲਟੀ ਵੀ ਕਿਉਂਕਿ ਅਪ੍ਰੈਲ ਦਾ ਮਹੀਨਾ ਪੰਜਾਬ ਦੇ ਸਿੱਖਾਂ ਦੀ ਵੱਡੀ ਗਿਣਤੀ ਐਗਰੀਕਲਚਰ ਕਿਸਾਨਾਂ ਚੋਂ ਉਹੀ ਵਾਢੀਆਂ ਦਾ ਸਮਾਂ ਔਰ ਮੌਸਮ ਵੀ ਗਰਮੀ ਦਾ ਸੋ ਕਤਕ ਦੀ ਪੁੰਨਿਆ ਜਾਂ ਨਵੰਬਰ ਚ ਸੈਲੀਬ੍ਰੇਟ ਕਰਨ ਦੀ ਗੱਲ ਇਸੇ ਲਈ ਆਈ ਕਿ ਭਾਈ ਉਦੋਂ ਤੱਕ ਤੁਹਾਡੀ ਫਸਲ ਵੀ ਮਹਿਫੂਜ਼ ਹੁੰਦੀ ਸੀ ਨਵੰਬਰ ਦੇ ਵਿੱਚ ਮੌਸਮ ਵੀ ਚੰਗਾ ਹੁੰਦਾ ਔਰ ਫੁੱਲ ਜਦੋਂ ਚਾਨਣੀ ਰਾਤ ਹੁੰਦੀ ਹੈ ਉਸ ਦੇ ਨਾਲ ਠੰਡਕ ਵੀ ਹੁੰਦੀ ਹੈ ਔਰ ਇਹ ਜਿਹੜਾ ਨਨਕਾਣਾ ਸਾਹਿਬ ਦਾ ਮੇਲਾ ਵੀ ਸੀ ਸਿਰਫ ਗੁਰਪੁਰਬ ਮਨਾਉਣ ਤੱਕ ਨਹੀਂ ਸੀ ਦੋ ਦੋ ਹਫ਼ਤੇ ਉੱਥੇ ਟੂਰਨਾਮੈਂਟ ਹੁੰਦੇ ਸੀ ਕਬੱਡੀ ਹੈ ਕੋੜ ਦਾ ਸਵਾਰੀ ਹੈ ਕੋੜ ਦੌੜਾਂ ਨੇ ਔਰ ਗੱਡਿਆਂ ਦੀ ਦੌੜ ਐ ਬਾਕੀ ਜਿਹੜੀਆਂ ਸਾਰੀਆਂ ਕਈ ਕਈ ਹਫ਼ਤੇ ਲੋਕਾਂ ਦੇ ਉਹਨੂੰ ਕਹਿੰਦੇ ਅਜੇ ਵੀ ਨਨਕਾਣਾ ਸਾਹਿਬ ਦਾ ਮੇਲਾ ਸੋਸੀਂ ਸਮਝਦੇ ਆ ਵੀ ਇਹ ਰਵਾਇਤ ਸ਼ੁਰੂ ਹੋਈ ਪਰ ਹੁਣ ਇਹ ਸੋਚਣਾ ਵੀ ਨੀਅਰ ਫਿਊਚਰ ਜਦੋਂ ਤੱਕ ਕੋਈ ਬਹੁਤ ਵੱਡੀ ਡਰਾਸਟਿਕ ਚੇਂਜ ਨਹੀਂ ਹੁੰਦੀ ਜੀ ਕਿ ਅਸੀਂ ਇਸ ਡੇਟ ਨੂੰ ਵਰਤਾਂਗੇ ਕਿਉਂਕਿ ਆਲਰੇਡੀ ਉਹਨਾਂ ਨੇ ਤਾਂ ਜਿੰਨਾਕ 26 96 99% ਐਗਰੀਡ ਤਰੀਕਾ ਸੀ 2003 ਦਾ ਮੂਲ ਨਾਨਕਸ਼ਹੀ ਕੈਲੰਡਰ ਦੀਆਂ ਉਹਨਾਂ ਨੂੰ ਵੀ ਡੀਰੇਲ ਕਰ ਦਿੱਤਾ ਤੇ ਵਿਸਾਖੀ ਵਾਲੇ ਦਿਨ ਕਿਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਮਨਾਣਾ ਇਸ ਮੈਂ ਸਮਝਦਾ ਵੀ ਹਾਲ ਦੀ ਘੜੀ ਅਸੀਂ ਸਟੈਪ ਬੈਕ ਕੀ ਉੱਥੇ ਹੀ ਰੜ ਕੇ ਵਾਪਸ ਪਹੁੰਚ ਗਏ ਜਿੱਥੋਂ ਸੁਧਾਰ ਦੇ ਵੱਰ ਚੱਲੇ ਸੀ ਜੀਰਾ ਸਾਹਿਬ ਬਿਲਕੁਲ ਇਸ ਤਰ੍ਹਾਂ ਲੈਨੇ ਆ ਬ੍ਰੇਕ ਈਅਰਸ ਦਸਣਾ ਇਸ ਰੰ ਜੁੜੇ ਰੋ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ